ਕੱਲ ਕਿਸਾਨ ਜਥੇਬੰਦੀਆਂ ਨੇ ਬੜਾ ਸਟਰੋਂਗ ਇੱਕ ਪੋਜੀਸ਼ਨ ਲਈ ਸਰਕਾਰ ਦੇ ਖਿਲਾਫ ਬੜਕੀ ਮਾਰੀ ਤੇ ਮੈਂ ਉਦੋਂ ਦਾ ਇਹੀ ਅਰਜ਼ ਕਰੀ ਜਾਂਦਾ ਸੀ ਵੀ ਬੜਕ ਮਾਰੋ ਉਹਨਾਂ ਨੂੰ ਉਹ ਡਰਦੇ ਆ ਜੇ ਦਿੱਲੀ ਨੇ ਸਾਨੂੰ 26 ਤੇ 27 ਨੂੰ ਵੜਨ ਨਹੀਂ ਦਿੱਤਾ ਤੇ ਅਸੀਂ ਦਿੱਲੀ ਵਾਲਿਆਂ ਨੂੰ ਨਹੀਂ ਵੜਨ ਦੇਵਾਂਗੇ ਅਸੀਂ ਰਾਹ ਰੋਕਾਂਗੇ ਇੱਥੋਂ ਪਤਾ ਲੱਗਦਾ ਵੀ ਪੰਜਾਬ ਸਾਡਾ ਤੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਸਾਡੇ ਕੋਲੇ ਹੋਣੇ ਚਾਹੀਦੇ ਆ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਨਸ਼ਹਿਰਾ ਖਾਨਪਾਟ ਸਾਹਿਬ ਆਰੰਭ ਇੱਥੇ ਕਰਾ ਲਿਆ ਜੀ ਅਤੇ ਭੋਗ 22 ਤਰੀਕ ਨੂੰ ਪਊਗਾ ਸਾਰੀ ਸੰਗਤ ਨੂੰ ਪੰਜਾਬ ਦੀ ਸਾਰੀ ਸੰਗਤ ਨੂੰ ਬੇਨਤੀ ਆ ਵੀ 22 ਤਰੀਕ ਨੂੰ ਸਾਡੇ ਨਾਲ ਹਰ ਘਰ 'ਚੋਂ ਇੱਕ ਜੀ ਆ ਕੇ ਅਰਦਾਸ 'ਚ ਸ਼ਾਮਿਲ ਹੋਵੇ ਪੰਜਾਬ ਦੀ ਚੜ੍ਹਦੀ ਕਲਾ ਖਾਤਰ ਪੰਜਾਬ ਦੀ ਜਿੱਤ ਖਾਤਰ ਅਰਦਾਸ ਕਰੀਏ ਕਿਉਂਕਿ ਅਸੀਂ ਸੰਘਰਸ਼ 'ਚ ਹਾਂ ਪੰਜਾਬ ਇਸ ਟਾਈਮ ਬੜਾ ਸੰਘਰਸ਼ ਆਪਦਾ ਲੜ ਰਿਹਾ ਕਿਸਾਨਾਂ ਦਾ ਸੰਘਰਸ਼ ਲੜ ਰਹੇ ਹਾਂ ਪੰਜਾਬ ਦੇ ਹੋਰ ਬੜੇ ਮਸਲੇ ਆ ਜਿਨ੍ਹਾਂ 'ਤੇ ਸਾਨੂੰ ਸਿਰ ਜੋੜ ਕੇ ਬੈਠ ਕੇ ਉਹਨਾਂ ਮਸਲਿਆਂ ਨੂੰ ਸਮਝ ਕੇ ਉਹਨਾਂ ਦੇ ਹੱਲ ਕੀ ਹੋਣੇ ਚਾਹੀਦੇ ਆ ਪੱਕੇ ਤੌਰ 'ਤੇ ਹੱਲ ਕੀ ਹੋਣੇ ਚਾਹੀਦੇ ਆ ਉਹਨਾਂ ਵੱਲ ਵੀ ਵਧਣਾ ਪਊਗਾ ਸੋ ਸਾਡੀ ਰਵਾਇਤ ਰਹੀ ਆ ਹਮੇਸ਼ਾ ਹੀ ਸੰਘਰਸ਼ਾਂ ਦੌਰਾਨ ਜਾਂ ਮੋਰਚਿਆਂ 'ਚ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਕਰਦੇ ਹਾਂ ਅਤੇ ਵਾਹਿਗੁਰੂ ਨੂੰ ਅਰਦਾਸ ਕਰਕੇ ਬੇਨਤੀ ਵੀ ਕਰਦੇ ਹਾਂ ਵੀ ਸਾਨੂੰ ਹੁਣ ਰਾਹ ਦਸੇਰਾ ਵੀ ਸਾਡਾ ਕਰੋ ਅਤੇ ਜਿੱਤ ਵੀ ਬਖਸ਼ਿਸ਼ ਕਰੋ ਪੰਜਾਬ ਨੂੰ ਅਤੇ ਪੰਜਾਬ ਦੀਆਂ ਭੁੱਲਾਂ ਬਖਸ਼ਾਓ ਸੋ ਉਸੇ ਰਵਾਇਤ ਅਧੀਨ ਜਾਂ ਆਪਾਂ ਇਹ ਕਹਿ ਲਈਏ ਵੀ ਸਤਿਗੁਰ ਦੇ ਓਟ ਆਸਰੇ 'ਚ ਅਰਦਾਸ ਪਹਿਲਾਂ ਤਾਂ ਖਾਨਪਾਟ ਸਾਹਿਬ ਆਰੰਭ ਕੀਤੇ ਆ ਜੀ ਅਤੇ ਅਰਦਾਸ ਕਰਾਂਗੇ 22 ਤਰੀਕ ਨੂੰ ਸਾਰੀ ਸੰਗਤ ਮਿਲ ਕੇ ਚਾਹੇ ਪੰਜਾਬ ਦੀ ਸੰਗਤ ਹੋਵੇ ਜਿਹੜੇ ਹਿੰਦੂ ਬਾਈ ਆ ਉਹ ਸਾਰੇ ਮੰਦਰਾਂ 'ਚ ਜਾ ਕੇ ਅਰਦਾਸ ਕਰਨ ਮੁਸਲਮਾਨ ਭਰਾ ਸਾਡੇ ਮਸੀਤਾਂ 'ਚ ਜਾ ਕੇ ਅਰਦਾਸ ਕਰਨ ਕ੍ਰਿਸਚਨਸ ਆਪਦੇ ਚਰਚਸ 'ਚ ਜਾ ਕੇ ਅਰਦਾਸ ਕਰਨ 22 ਤਰੀਕ ਨੂੰ ਇੱਕ ਆਪਾਂ ਪੰਜਾਬ ਦੀ ਜਿੱਤ ਖਾਤਰ ਅਰਦਾਸ ਕਰੀਏ ਇਕੱਠੇ ਹੋ ਕੇ ਅਸੀਂ ਖੰਡਪਾਠ ਸਾਹਿਬ ਆਰੰਭ ਵੀ ਕਰਾ ਲਿਆ NRIs ਆ ਜਿਹੜੇ ਉਹ ਸਾਰੇ ਆਪਦੇ ਉੱਥੇ ਬੈਠੇ ਵਰਲਡ 'ਚ ਜਿੱਥੇ ਜਿੱਥੇ ਬੈਠੇ ਆ ਉੱਥੇ ਕੋਲੇ ਗੁਰਦੁਆਰਾ ਸਾਹਿਬ ਹੋਣਗੇ ਜਾਂ ਘਰਾਂ 'ਚ ਅਰਦਾਸ ਕਰਨ ਅਰਦਾਸ 'ਚ ਜੁੜਨ ਤਾਂ ਕਿ ਇਸ ਸੰਘਰਸ਼ 'ਚ ਪੰਜਾਬ ਆਪਦੇ ਹੋਣ ਦੀ ਲੜਾਈ ਲੜ ਰਿਹਾ ਸੋ ਇਸ ਸੰਘਰਸ਼ 'ਚ ਪੰਜਾਬ ਦੀ ਜਿੱਤ ਹੋਵੇ ਪੰਜਾਬ ਫਿਰ ਆਪਦੇ ਉਸੇ ਰਾਹ ਜਾਂ ਮੁੜ ਉਸੇਰੇ ਵੱਲ ਪਰਤ ਸਕੇ ਅਤੇ ਕਿਸਾਨੀ ਖੁਸ਼ਹਾਲ ਹੋਵੇ ਸਾਡੇ ਮਜ਼ਦੂਰਾਂ ਦੀ ਲੁੱਟ ਘਸੁੱਟ ਰੁਕੇ ਅਤੇ ਇੱਕ ਚੰਗਾ ਅਤੇ ਸਾਰਥਿਕ ਸਮਾਜ ਆਪਾਂ ਸਿਰਜੀਏ ਜਿੱਥੇ ਗਾਂਹ ਜਾ ਕੇ ਹਜੇ ਪਾਣੀ ਦੇ ਮਸਲਿਆਂ 'ਤੇ ਵੀ ਆਪਾਂ ਸਰਕਾਰਾਂ ਨਾਲ ਦੋ ਹੱਥ ਕਰਨੇ ਆ ਨਸ਼ਿਆਂ ਨਾਲ ਵੀ ਲੜਨਾ ਬੇਰੁਜ਼ਗਾਰੀ ਨਾਲ ਵੀ ਲੜਨਾ ਹੋਰ ਜਿੱਥੇ ਜਿੱਥੇ ਕੋਈ ਜ਼ਬਰ ਅਤੇ ਜ਼ੁਲਮ ਹੋ ਰਿਹਾ ਕਿਉਂਕਿ ਹੁਣ ਸੰਘਰਸ਼ ਜਿਹੜਾ ਸਾਡਾ ਰਾਹ ਜਿਵੇਂ ਮੈਂ ਰੋਜ਼ ਕਹਿੰਦਾ ਹੁੰਦਾ ਇਹ ਗੱਲ ਹਮੇਸ਼ਾ ਵੀ ਪੰਜਾਬ ਦਾ ਗੋਲਡਨ ਪੀਰੀਅਡ ਹੁੰਦਾ ਜਦੋਂ ਅਸੀਂ ਸੰਘਰਸ਼ 'ਚ ਹੁੰਦੇ ਹਾਂ ਉਸ ਵੇਲੇ ਅਸੀਂ ਉੱਠ ਕੇ ਖੜ੍ਹੇ ਹੋ ਜਾਂਦੇ ਹਾਂ ਸਾਡੀ ਜਿਹੜੀ ਬਿਰਤੀ ਆ ਉਹ ਸਾਡੇ ਲੋਕਾਂ 'ਚ ਜਾਂ ਪੰਜਾਬ ਖਾਤਰ ਐਡੀ ਕੁ ਜ਼ਿਆਦਾ ਚੇਤੰਨ ਹੋ ਜਾਂਦੀ ਆ ਅਸੀਂ ਪੋਲੀਟੀਕਲੀ ਅਵੇਅਰ ਹੋ ਜਾਂਦੇ ਹਾਂ ਜਾਂ ਸਾਡੇ 'ਚ ਇੱਕ ਰਾਜਸੀ ਚੇਤਨਾ ਸਮਾਜਿਕ ਚੇਤਨਾ ਅਤੇ ਇੱਕ ਸੱਭਿਆਚਾਰਕ ਚੇਤਨਾ ਇਹ ਪ੍ਰਗਟ ਹੋ ਜਾਂਦੀ ਆ ਅਦਰਵਾਈਜ਼ ਹਮੇਸ਼ਾ ਹੀ ਇਸ ਮਟੀਰੀਅਲਿਸਟਿਕ ਯੁੱਗ 'ਚ ਅਸੀਂ ਮਟੀਰੀਅਲ ਦੇ ਗੁਲਾਮ ਹੋ ਜਾਂਦੇ ਹਾਂ ਐਸ਼ ਪ੍ਰਸਤੀ 'ਚ ਪੈ ਜਾਂਦੇ ਹਾਂ ਸੋ ਪੰਜਾਬ ਦਾ ਭਵਿੱਖ ਆ ਜਿਹੜਾ ਉਹ ਸੰਘਰਸ਼ਾਂ 'ਚੋਂ ਹੀ ਨਿਕਲਣਾ ਹੁਣ ਜਿੱਥੇ ਜਾ ਕੇ ਆਪਾਂ ਖੜ੍ਹੇ ਹੋ ਗਏ ਹਾਂ ਜਿੱਥੇ ਜਾ ਕੇ ਪੰਜਾਬ ਦਾ ਸਮਾਜ ਹੁਣ ਇਸ ਟਾਈਮ ਜਿਹਨਾਂ ਮਸਲਿਆਂ ਨਾਲ ਜੂਝ ਰਿਹਾ ਸੋ ਪੰਜਾਬ ਦਾ ਭਵਿੱਖ ਸੰਘਰਸ਼ਾਂ 'ਚੋਂ ਹੀ ਨਿਕਲਣਾ ਕੱਲ੍ਹ ਕਿਸਾਨ ਜਥੇਬੰਦੀਆਂ ਨੇ ਬੜਾ ਸਟਰੋਂਗ ਇੱਕ ਪੋਜੀਸ਼ਨ ਲਈ ਸਰਕਾਰ ਦੇ ਖਿਲਾਫ ਬੜਕੀ ਮਾਰੀ ਅਤੇ ਮੈਂ ਉਦੋਂ ਦਾ ਇਹੀ ਅਰਜ਼ ਕਰੀ ਜਾਂਦਾ ਸੀ ਵੀ ਬੜਕ ਮਾਰੋ ਉਹਨਾਂ ਨੂੰ ਉਹ ਡਰਦੇ ਆ ਜਦੋਂ ਤੱਕ ਅਸੀਂ ਬੜਕ ਨਹੀਂ ਮਾਰਾਂਗੇ ਕੱਲ੍ਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬੜੀ ਸਰੋਹਣ ਵਾਲੀ ਗੱਲ ਆ ਇਹ ਗੱਲ ਕਹੀ ਇੱਕ ਮਿੰਟ ਯਾਰ ਤੂੰ ਹਿਲਣਾ ਬੰਦ ਕਰ ਪਈ ਸੋ ਇਹ ਗੱਲ ਕਹੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਆ ਵੀ ਜੇ ਦਿੱਲੀ ਨੇ ਸਾਨੂੰ 26 ਅਤੇ 27 ਨੂੰ ਵੜਨ ਨਹੀਂ ਦਿੱਤਾ ਤਾਂ ਅਸੀਂ ਦਿੱਲੀ ਵਾਲਿਆਂ ਨੂੰ ਨਹੀਂ ਵੜਨ ਦੇਵਾਂਗੇ ਅਸੀਂ ਰਾਹ ਰੋਕਾਂਗੇ ਸੋ ਇਹ ਹੁੰਦੀ ਆ ਬੜਕ ਇੱਥੋਂ ਪਤਾ ਲੱਗਦਾ ਵੀ ਪੰਜਾਬ ਸਾਡਾ ਅਤੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਸਾਡੇ ਕੋਲ ਹੋਣੇ ਚਾਹੀਦੇ ਆ ਸੋ ਇਸ ਕਰਕੇ 26-27 ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਦਿੱਲੀ ਜਾਣਾ ਮਕਸਦ ਸਾਡਾ ਜਾਂ ਲੜਾਈ ਸਾਡੀ ਹੁਣ ਦਿੱਲੀ ਨਾਲ ਹੀ ਆ
ਜਦੋਂ ਤੱਕ ਪੰਜਾਬ ਨੂੰ ਪੰਜਾਬ ਦੇ ਹੱਕ ਨਹੀਂ ਮਿਲਣਗੇ, ਸਾਡੇ ਫੈਸਲੇ ਲੈਣ ਦੇ ਹੱਕ ਸਾਡੇ ਕੋਲ ਨਹੀਂ ਹੋਣਗੇ, ਉਦੋਂ ਪੰਜਾਬ ਦੇ ਮਸਲੇ ਹੱਲ ਨਹੀਂ ਹੋਣੇ। ਸੋ ਇਸੇ ਖਾਤਰ ਹੁਣ ਸ਼੍ਰੀ ਖਾਨਪੜ ਸਾਹਿਬ ਆਰੰਭ ਹੋਏ ਆ ਜੀ, ਅਤੇ 22 ਤਰੀਕ ਨੂੰ ਭੋਗ ਆ। ਤੁਸੀਂ ਪੰਜਾਬ 'ਚੋਂ ਹਰ ਜੀ, ਹਰ ਘਰ 'ਚੋਂ ਹਰ ਜੀ ਅਰਦਾਸ ਚਾਹ ਕੇ ਸ਼ਾਮਿਲ ਹੋਵੇ, ਅਤੇ ਸਾਡੇ ਨਾਲ ਆਪਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਤੇ ਉਹਨਾਂ ਤੋਂ ਅਰਦਾਸ ਕਰਕੇ ਜਿੱਤ ਦੀ ਬਖਸ਼ਿਸ਼ ਲਈਏ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਸਾਰੀਆਂ ਸੰਗਤਾਂ ਖੜੀਆਂ, ਅਤੇ ਆਪਣੇ ਬਲਵੰਤ ਸਿੰਘ ਵਿੱਚ ਦੀ ਹਿੱਲੀ ਜਾਂਦਾ ਸੀ, ਅਤੇ ਇਸ ਕਰਕੇ ਮੇਰੀ ਕੋਨਸਨਟ੍ਰੇਸ਼ਨ ਜਿਹੜਾ ਇੱਕ ਧਿਆਨ ਉਹ ਐਂ ਜੇ ਹਿੱਲੀ ਜਾਂਦਾ ਅਤੇ ਮੇਰਾ ਧਿਆਨ ਜਾਂ ਉੱਧਰ ਇਹ ਉਹ ਕਰਦਾ। ਅਤੇ ਜਦੋਂ ਗੱਲ ਚੱਲ ਰਹੀ ਆ ਪੰਜਾਬ ਦੀ, ਇੰਨਾ ਸੀਰੀਅਸ ਟੋਪਿਕ ਚੱਲ ਰਿਹਾ ਅਤੇ ਇੱਕ ਬੰਦਾ ਖੜਾ ਐਂ ਕਰੀ ਜਾਂਦਾ ਹੋਵੇ, ਸੋ ਇਟ ਮੇਕਸ ਅ ਲੋਟ ਆਫ ਡਿਫਰੈਂਸ। ਠੀਕ ਹੈ ਜੀ, ਬਹੁਤ ਸਾਰਾ ਪਿਆਰ ਅਤੇ ਸਤਿਕਾਰ, ਚਾਹੁੰਦੇ ਵਾਸਤੇ ਰਹੋ। ਸਤਿ ਸ਼੍ਰੀ ਅਕਾਲ ਜੀ। ਬੋਲੇ ਸੋ ਨਿਹਾਲ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਬ ਟੀਵੀ। ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ।